ਕਿਹੜਾ ਠੰਡੇ ਕਰੀ ਆ ਮੁੰਡੇ ਨੂੰ ਕੋਈ ਦੌਰਾ ਦੁਰਾ ਤੇ ਨਹੀਂ ਪਿਆ ਗਿਆ ਉਹ ਪਾਣੀ ਵਾਰਨ ਦੇ ਸੁਪਨੇ ਵੇਖਦਾ ਛੜਾ ਮਾਰ ਬਥਾਰ ਤੇ ਵੱਟ ਕੇ ਆ ਕੀ ਹੈ ਮਾਤਾ ਅੰਨੇ ਕਿਹਾ ਸੀ ਮੇਰਾ ਸਮਾਨ ਕਿੱਥੇ ਸਮਾਨ ਲਾਤਾ ਮੈਂ ਚੁੱਲੇ ਚ ਦੱਜਾ ਜਾਪਾ ਕੱਟਣ ਆਇਆ ਸੀ ਨਾ ਸਮਾਨ ਓਏ ਓਏ ਹੁਣ ਤਾਂ ਆਦੇ ਸੁਪਨੇ ਵੇਖਣੇ ਛੱਡਦੇ ਛੜਿਆ ਛੜਾ ਕਿਉਂ ਕਹਿੰਦਾ ਯਾਰ ਸਾਹਿਬ ਹੋਰ ਡਾਕਟਰ ਕਹਾਂ ਤੈਨੂੰ ਸਾਰਾ ਪਿੰਡ ਕਹਿੰਦਾ ਇਹ ਵਿਚਾਰਾ ਇਕੱਲਾ ਥੋੜਾ ਕਹਿੰਦਾ ਆਲੇ ਫੜ ਤੇ ਮੇਰੇ ਚ ਕੀ ਕਮੀ ਆ ਆਪ 10 ਕਿਲੇ ਵੱਧ ਬਣਾ ਲੈਣੇ ਸੀ ਮੈਨੂੰ ਨਹੀਂ ਕਹਿਣਾ ਕਿੰਨੇ ਨੇ ਮਿਲੀ ਇੰਨੀ ਸੋਹਣੀ ਬਹੂ ਆ ਬਸ ਥੋੜਿਆ ਨਵੀਂ ਵਹੀ ਜੋੜੀ ਵਾਲੇ ਲੱਛਣ ਦੇਖ ਕੇ ਲੋਕਾਂ ਨੂੰ ਲੱਗਦਾ ਕਿ ਚੜਤਾ ਤਾਂ ਹਲੇ ਨਿਆਣਾ ਹੀ ਆ ਹਾਂ ਤੇਰੇ ਤਾਂ ਪੋਤੜੇ ਸੁੱਕਦੇ ਕਿਤੇ ਓਏ 45 ਕੁੱਕੜ ਸੀ ਮੇਰੇ ਕੋਲ 8 ਰਹਿ ਗਏ 37 ਖਵਾਤੇ ਤੇਰੇ ਵੇਖਣ ਵਾਲਿਆਂ ਨੂੰ ਹੁਣ ਮੈਂ ਆਪਣਾ ਮੀਟ ਭਾਵੇਂ ਰਹਿਣ ਕੇ ਖਵਾ ਜਾ ਮੈਂ ਤੈਨੂੰ ਦੱਸਾਂ ਨਾਲੇ ਗੱਲ ਸੁਣ ਆ ਰਿਸ਼ਤਾ ਆਇਆ ਹੀ ਆ ਗਲਾਸ ਫੜੀ ਬੇਬੇ ਫੜ ਮਾਰਨਾ ਚਾਹੀ ਪੂਰੀ ਗੱਲਾਂ ਕਰੀ ਜਾਂਦਾ ਦਿਖਾਉਣ ਵਾਲੀ ਚੀਜ਼ ਨਹੀਂ ਦਿਖਾਉਂਦਾ बनेरे बैठे कबूतर नालों ना हाथ ते बैठी चिड़ी ठीक हुंदी है सोनी तो है नी और हुण तू जीन तो मान नाल करवाएगा तेनू भी तो इन्नी सोनी बहू मिली सी मैनू भी मिल जू एक दिन ओ तो सखना पते आप बहुत सोहना सी ना ता मिली है हां लोका ने तो मचौणा ही मचौणा है मैनू मेरे मां-प्यो नहीं मचौणो हटदे आ मैं नहीं पीनी चाह क्यों ओ 12 को जा रहे रिश्ते वाले ਵੀੜੇ ਨੂੜੇ ਚੱਕਦੇ ਪਾਣੀ ਇਹ ਹੈ ਕਾਕਾ 11 ਕਿੱਲੇ ਜ਼ਮੀਨ ਹੈ ਤੇ ਆਪ ਦਾ ਕੰਮ ਹੈ ਫੋਟੋਆਂ ਦਾ 18,000 रुपया तनखा लेंदा है देखो जी वधिया व्याह टक्कर जाना तो 20-21,000 बन जाऊ ना शगन देंदे जी लोग खुश होके बाकी व्याह तो पहला जोड़े दी जिहड़ियां फोटो खिंचदे ने अजकल जिहड़ा रिवाज जिहा चलिया होया वह तो पतंदर बाले डिजाइन दियां बना बना के खिंचदा दत्त पुत्त ओए जी मैं एक व्याह च कुड़ी ऑर्केस्ट्रा वाली बनाई सी ते मुंडा शराबी ते उदू पिछले व्याह च कुड़ी नूं चिड़ी बनाया सी ते मुंडे नूं कां ਉਹਨਾਂ ਦੀ ਇੱਕ ਲਵ ਸਟੋਰੀ ਜੀ ਦਿਖਾਈ ਸੀ ਜੀ ਮੈਂ ਆਓ ਬਈ ਸਾਹਿਬ ਘਰ ਆਈਏ ਉਹ ਬਸ ਕਰ ਆ ਜਾ ਹੁਣ ਕਿਵੇਂ ਲੱਗਦਾ ਬਈ ਉਹ ਕੁੱਕੜ ਤਾਂ ਕਰਾਰਾ ਸੀ ਉਹ ਮੁੰਡਾ ਤਾਂ ਸੋਹਣਾ ਬਾਈ ਤੇ ਘਰ ਬਾਰ ਵੀ ਠੀਕ ਹੈ ਇਹੋ ਜਿਹਾ ਰਿਸ਼ਤੇਦਾਰੀ ਚੋਂ ਵੀ ਭੱਜ ਕੇ ਸਾਕ ਹੋ ਜਾਂਦਾ ਮੈਂ ਤੁਹਾਨੂੰ ਗੱਲ ਦੱਸਾਂ ਇਹ ਤਾਂ ਵਿਚਲੀ ਗੱਲ ਹੋਰ ਹੋਣੀ ਹੈ ਕੋਈ ਹਾਂ ਮੈਨੂੰ ਵੀ ਇਹੀ ਲੱਗਦਾ ਓਏ ਹੈ ਤਾਂ ਕੋਈ ਰੌਲੇ ਵਾਲੀ ਗੱਲ ਇਹ ਮੇਰੇ ਸਾਲਿਆਂ ਦੇ ਪਿਕਨਿਕ ਮਨਾਉਣ ਆਉਂਦੇ ਆ ਖਾ ਕੇ ਮੁਰਗਾ ਪੀ ਕੇ ਲੱਤ ਜਿਹੜੀ ਬੋਤਲ ਉਸਤਰਦੇ ਲੱਗੇ ਉਹ ਕੀ ਪਤਾ ਅਗਲੇ ਰਾਏ ਕਰਕੇ ਦੱਸਣ ਯਾਰ ਸਾਹਿਬ ਤੂੰ ਨੈਗੇਟਿਵ ਨਾ ਸੋਚਿਆ ਕਰ ਹਰ ਗੱਲ 'ਚ ਯਾਰ ਨੈਗੇਟਿਵ ਆ ਇਹ ਬੰਦਾ 500 ਧਰਦੇ ਅਗਲੇ ਜਿਨ੍ਹਾਂ ਨੇ ਕਰਨਾ ਹੁੰਦਾ ਤੇ ਤੂੰ ਲਿਆ ਕੇ ਪਲੇਟ ਤੇ ਬਹਿ ਗਿਆ ਪੈਰੀ ਹੱਥ ਨਹੀਂ ਲਾਉਣਾ ਸੀ ਉੱਤੋਂ ਕੁੜੀਆਂ ਵਾਂਗੂ ਸੰਗੀ ਜਾਂਦਾ ਕਬੂਤਰ ਜਿਹਾ ਤੇ ਤੂੰ ਕੀ ਦੱਸਣ ਬਹਿ ਗਿਆ ਸੀ ਹੈ ਸ਼ਗਨ ਨੂੰ ਮੈਂ ਨੱਚ ਨੱਚ ਮੰਗਦਾ ਟੈਣ ਟੈਣ ਟ ਟ ਟ ਟ ਟ ਅੱਜ ਇੱਕ ਹੋਰ ਪੁੱਤਾਂ ਵਰਗਾ ਕੁੱਕੜ ਖਵਾਤਾ ਇਹਨਾਂ ਨਿੱਜੜਿਆਂ ਨੂੰ ਜਿਹੜਾ ਅੱਜ ਵਾਲਾ ਸੀ ਉਹ ਤਾਂ ਬਾਹਲਾ ਹੀ ਚੰਗਾ ਸੀ ਮਿੱਠਾ ਵੀ ਬਾਹਰ ਜਾ ਕੇ ਕਰਦਾ ਸੀ ਉਹ